ਜਿੰਦਾਬਾਦ ਅਵਤਾਰ ਸਿੰਘ ਮੱਕੜ ਜਿੰਦਾਬਾਦ ਅਵਤਾਰ ਸਿੰਘ ਮੱਕੜ 2003 ਮੇ ਵੀ ਅਕਾਲ ਤਖ਼ਤ ਨੇ ਜਾਰੀ ਕੀਆ ਥਾ ਅਕਾਲ ਤਖ਼ਤ ਸੇ ਜਾਰੀ ਕੀਆ ਥਾ ਉਸਕੋ ਵੋ ਕਹਤਾ ਨਾ ਮਾਨਤਾ ਹੂੰ 2009 ਮੇ ਜੋ ਕੈਲੰਡਰ ਬਣਾਇਆ ਉਸਕੋ ਵੀ ਅਕਾਲ ਤਖ਼ਤ ਕੇ ਜਥੇਦਾਰ ਨੇ ਅਕਾਲ ਤਖ਼ਤ ਪਰ ਰਿਲੀਜ਼ ਕੀਆ ਹੈ ਉਸਕੋ ਕਹਤਾ ਮੈਂ ਮਾਨਤਾ ਨਹੀਂ ਅਕਾਲ ਤਖ਼ਤ ਕੋ ਚੁਣੌਤੀ ਨਹੀਂ ਤੇ ਹੋਰ ਕਿਆ ਹੈ ਸਮਝ ਗਏ ਔਰ ਉਸਕੇ ਬਾਅਦ ਇਤਨੀ ਇਸਨੇ ਕੁਰੀਤੀਆਂ ਕੀ ਹੋਈਆਂ ਇਸਨੇ ਇਤਨੇ ਗੁਨਾਹ ਕੀ ਹੋਏ ਹੈ ਕਿ ਵੋ ਕਭੀ ਮਾਫ ਕੀਆ ਹੀ ਨਹੀਂ ਜਾ ਸਕਦਾ ਗੁਰਪੁਰਬ ਕੋ 5 ਜਨਵਰੀ ਕੋ ਮਨਾਤਾ ਹੈ ਕਿਸੀ ਨੇ ਮਨਾਇਆ ਆਪ ਦਿੱਲੀ ਮੇਂ ਰਹਤੇ ਹੈ ਆਪ ਦਿੱਲੀ ਕਾ ਮੀਡੀਆ ਹੈ ਸਵਾਏ ਰਕਾਬਗੰਜ ਗੁਰਦੁਆਰੇ ਸੇ ਕੋ ਛੋੜ ਕਰ ਕਿਸੀ ਔਰ ਨੇ ਮਨਾਇਆ ਹੈ ਵਹਾਂ ਪਰ ਵੀ ਸੰਗਤ ਨਹੀਂ ਥੀ ਆਪ ਦੇਖੀਏ 18 ਜਨਵਰੀ ਕੋ ਗੁਰਪੁਰਬ ਮਨਾਇਆ ਜਾ ਰਿਹਾ ਹੈ ਨਏ ਅਕਾਲ ਤਖ਼ਤ ਕੇ ਕੈਲੰਡਰ ਕੇ ਮੁਤਾਬਕ ਔਰ ਉਸ ਦਿਨ ਸੰਗਤ ਦੇਖਣਾ ਕਿਤਨੀ ਹੋਗੀ ਗੁਰਦੁਆਰਾ ਮੇਂ ਗੁਰਦੁਆਰੇ ਭਰੇ ਪੜੇ ਹੋਗੇ ਸੰਗਤ ਅਕਾਲ ਤਖ਼ਤ ਕੋ ਮਾਨਤੀ ਹੈ ਅਕਾਲ ਤਖ਼ਤ ਕੋ ਚੁਣੌਤੀ ਦੇਣੇ ਵਾਲੋਂ ਕੋ ਕਭੀ ਮਾਫ਼ ਨਹੀਂ ਕੀਆ ਜਾਏਗਾ ਇਹ ਦਿੱਲੀ ਕੀ ਸੰਗਤ ਕਾ ਨਹੀਂ ਸਾਰੇ ਸਿੱਖੋਂ ਕਾ ਫੈਸਲਾ ਔਰ ਇੱਕ ਬਾਤ ਇਸਨੇ ਔਰ ਕੀ ਹੈ ਕਿ ਮੈਂ ਬੰਗਲਾ ਸਾਹਿਬ ਮੇਂ ਸੋਨਾ ਲਗਵਾ ਰਹਾ ਹੂੰ ਅਬ ਲੋਕ ਹਰਿਮੰਦਰ ਸਾਹਿਬ ਕੋ ਭੁੱਲ ਜਾਏਗੇ ਸਮਝ ਗਏ ਹਰਿਮੰਦਰ ਸਾਹਿਬ ਭੁੱਲਣੇ ਕੀ ਚੀਜ਼ ਨਹੀਂ ਹੈ ਬੰਗਲਾ ਸਾਹਿਬ ਹਮਾਰੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕਾ ਪਵਿੱਤਰ ਅਸਥਾਨ ਹੈ ਜਹਾਂ ਪਰ ਨਤਮਸਤਕ ਹੋਣੇ ਕੇ ਲੀਏ ਦਿੱਲੀ ਕੀ ਸੰਗਤ ਨੰਗੇ ਪੈਰ ਚੱਲ ਕੇ ਜਾਤੀ ਹੈ ਲੇਕਿਨ ਹਰਿਮੰਦਰ ਸਾਹਿਬ ਵੋ ਅਸਥਾਨ ਹੈ ਜਿਸਕੇ ਬਾਰੇ ਮੇਂ ਗੁਰੂ ਗ੍ਰੰਥ ਸਾਹਿਬ ਮੇਂ ਲਿਖਾ ਹੈ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ ਉਸਕੋ ਚੱਲ ਨਹੀਂ ਕਰਤਾ ਹੈ ਇਸ ਲਈ ਦਿੱਲੀ ਕੀ ਸੰਗਤ ਕੇ ਪਾਸ ਬਹੁਤ ਕੁਛ ਹੈ ਇਸਕੇ ਖਿਲਾਫ਼ ਇਸਕੋ ਅਭੀ ਭਾਗਨੇ ਮੇਂ ਸਮਾਂ ਨਹੀਂ ਲੱਗੇਗਾ।